ਜਸਟਿਸ ਅਜੀਤ ਸਿੰਘ ਬੈਂਸ ਆਸ਼ੀਰਵਾਦ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦੀ ਹਾਂ ਪ੍ਰਬੰਧਕਾਂ ਦਾ ਕਿ ਇਹਨਾਂ ਨੇ ਅਖੀਰ 'ਚ ਟਾਈਮ ਦੇ ਦਿੱਤਾ ਅਤੇ ਸਮਾਂ ਬਹੁਤ ਹੋ ਗਿਆ। ਇਸ ਵੇਲੇ ਖਾਲਸਾ ਜੀ ਪੰਜਾਬ ਦੇ ਵਿੱਚ ਛੇਵਾਂ ਦਰਿਆ ਭ੍ਰਿਸ਼ਟਾਚਾਰ ਦਾ ਔਰ ਸ਼ਰਾਬ ਦਾ ਵਗ ਰਿਹਾ। ਤੁਸੀਂ ਵੀ ਅਖਬਾਰਾਂ 'ਚ ਪੜ੍ਹਦੇ ਹੋਣੇ ਆ ਕਿ ਸ਼ਰਾਬ ਸਭ ਤੋਂ ਜ਼ਿਆਦਾ ਪੰਜਾਬ 'ਚ ਲੱਗ ਰਹੀ ਹੈ ਔਰ ਉਹਦੇ 'ਚ ਸਿਆਸਤਦਾਨਾਂ ਦਾ ਹੱਥ ਆ, ਖਾਸ ਕਰ ਮਨਿਸਟਰਾਂ ਦਾ। ਔਰ ਸਾਡੇ ਨੌਜਵਾਨ ਜਿਹੜੇ ਪਿੰਡਾਂ ਦੇ ਉਹ ਕੋਈ ਕੰਮ ਨਹੀਂ ਕਰਦੇ, ਜਾਂ ਉਹ ਡਰੱਗ ਖਾਂਦੇ ਆ, ਜਾਂ ਸ਼ਰਾਬ ਪੀਂਦੇ ਆ, ਜਾਂ ਭੰਗ ਪੀਂਦੇ ਆ। ਸਾਡੇ ਨਿਹੰਗ ਸਿੰਘ ਜਿਹੜੇ ਇਹ ਇੱਕ ਇਕੱਠ 'ਚ ਇਹ ਕਹਿੰਦੇ ਜੀ ਅਸੀਂ ਤਾਂ ਗੁਰੂ ਦੀ ਫੌਜ ਹਾਂ। ਮੈਂ ਉਹਨਾਂ ਨੂੰ ਦੱਸਿਆ ਕਿ ਤੁਸੀਂ ਗੁਰੂ ਦੀ ਫੌਜ ਨਹੀਂ, ਗੁਰੂ ਦੀ ਫੌਜ ਸੀ ਜਿਹੜੇ ਕੋਈ ਨਸ਼ਾ ਨਹੀਂ ਸੀ ਕਰਦੇ, ਜਿਨ੍ਹਾਂ ਨੇ ਮੁਗਲਾਂ ਦਾ ਰਾਜ ਖਤਮ ਕੀਤਾ। ਤੁਸੀਂ ਤਾਂ ਭੰਗ ਪੀਂਦੇ ਆ, ਕੋਈ ਕੰਮ ਨਹੀਂ ਕਰਦੇ ਔਰ ਲੋਕਾਂ ਤੋਂ ਮੰਗ ਕੇ ਖਾਂਦੇ ਆ। ਮੈਂ ਕਿਹਾ ਬਾਬੇ ਨਾਨਕ ਨੇ ਵੀ ਜਿਨ੍ਹਾਂ ਨੇ ਪੰਥ ਚਲਾਇਆ ਉਹ ਵੀ ਅਖੀਰ 'ਤੇ ਜਾ ਕੇ ਉਹਨਾਂ ਨੇ ਆਪ ਖਾਇਆ, ਖੇਤੀ ਕੀਤੀ। ਉਦੋਂ ਕੋਈ ਟਰੈਕਟਰ ਨਹੀਂ ਸੀ, ਉਦੋਂ ਕੋਈ ਟਿਊਬਵੈੱਲ ਨਹੀਂ ਸੀ, ਹੱਥ ਨਾਲ ਸਾਰਾ ਕੰਮ ਕਰਨਾ ਪੈਂਦਾ ਸੀ 500 ਸਾਲ ਪਹਿਲਾਂ। ਮਨੁੱਖੀ ਅਧਿਕਾਰਾਂ ਦੀ ਵੀ ਗੱਲ ਬਾਬੇ ਨਾਨਕ ਨੇ ਸਭ ਤੋਂ ਪਹਿਲਾਂ ਕੀਤੀ। ਬਾਬਰ ਨੂੰ ਜਾਬਰ ਕਿਹਾ, ਇੱਕ ਧਨਾੜ ਦੇ ਘਰ ਰੋਟੀ ਨਹੀਂ ਖਾਧੀ, ਉਹਨੂੰ ਕਿਹਾ ਕਿ ਤੇਰੀ ਰੋਟੀ 'ਚੋਂ ਲਹੂ ਨਿਕਲਦਾ, ਤੇਰੀ ਹੱਕ ਹਲਾਲ ਦੀ ਕਮਾਈ ਨਹੀਂ। ਔਰ ਭਾਈ ਲਾਲੋ ਦੇ ਘਰ ਰੋਟੀ ਖਾਧੀ ਕਿ ਉਹ ਕਿਰਤੀ ਆ, ਹੱਕ ਹਲਾਲ ਦੀ ਕਮਾਈ ਆ, ਉਹਦੀ ਰੋਟੀ 'ਚੋਂ ਦੁੱਧ ਨਿਕਲਦਾ। ਇਹ ਸਾਡੇ ਗੁਰੂ ਨਾਨਕ ਸੀ ਔਰ ਉਹਨਾਂ ਨੇ ਮਨੁੱਖੀ ਅਧਿਕਾਰਾਂ ਲਈ ਬਾਬਰ ਨੂੰ ਜਾਬਰ ਕਿਹਾ ਔਰ ਮਨੁੱਖੀ ਅਧਿਕਾਰਾਂ ਲਈ ਸਭ ਤੋਂ ਪਹਿਲਾਂ ਗੱਲ ਕੀਤੀ। ਯੂਨਾਈਟਿਡ ਨੇਸ਼ਨਸ ਨੇ ਤਾਂ ਜਿਹੜਾ ਮਨੁੱਖੀ ਅਧਿਕਾਰ ਬਣਾਇਆ, ਡੈਕਲੇਰੇਸ਼ਨ ਆਫ ਹਿਊਮਨ ਰਾਈਟਸ, ਉਹ ਤੁਸੀਂ ਪੜ੍ਹ ਲਓ ਅਤੇ ਬਾਬੇ ਨਾਨਕ ਦੀ ਬਾਣੀ 'ਚ ਜਿਹੜਾ ਇਹ ਚੈਪਟਰ ਆ ਉਹ ਪੜ੍ਹ ਲਓ। ਐਂ ਲੱਗਦਾ ਵੀ ਜਿੱਦਾਂ ਉਹਨਾਂ ਨੇ ਕਾਪੀ ਕੀਤਾ ਉਸ ਬਾਣੀ 'ਚੋਂ। ਔਰ ਉਸ ਵੇਲੇ ਪਰ ਅਸੀਂ ਹੁਣ ਸਾਡੇ 'ਚ ਇਸ ਵੇਲੇ ਬਹੁਤ ਨਿਗਾਰ ਆ ਗਿਆ ਔਰ ਅਸੀਂ ਕੋਈ ਉੱਥੇ ਅਮਲ ਨਹੀਂ ਕਰ ਰਹੇ। ਪੰਜਾਬ ਦੇ ਵਿੱਚ ਛੇਵਾਂ ਦਰਿਆ ਭ੍ਰਿਸ਼ਟਾਚਾਰ ਦਾ, ਸ਼ਰਾਬ ਦਾ ਵਗ ਰਿਹਾ ਔਰ ਕੋਈ ਕਾਨੂੰਨ ਦਾ ਰਾਜ ਨਹੀਂ, ਰੂਲ ਆਫ ਲਾਅ ਖਤਮ ਹੋ ਗਿਆ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ। ਔਰ ਸਾਡੇ ਗੁਰਦੁਆਰਿਆਂ 'ਚ ਸਭ ਤੋਂ ਜ਼ਿਆਦਾ ਕਰਪਸ਼ਨ ਹੈ, ਅਸੀਂ ਪੁਜਾਰੀ ਬਣ ਗਏ ਹਾਂ। ਜਿਹੜਾ ਚੀਜ਼ਾਂ ਤੋਂ ਸਾਨੂੰ ਵਰਜਿਆ ਸੀ ਗੁਰੂ ਸਾਹਿਬਾਨ ਨੇ ਉਹੀ ਅਸੀਂ ਕਰਨ ਲੱਗ ਪਏ ਹਾਂ, ਉਹਨਾਂ ਨੂੰ ਪੂਜਾ ਦੇ ਖਿਲਾਫ ਕੀਤੀ ਸੀ। ਔਰ ਦਰਬਾਰ ਸਾਹਿਬ ਅਸੀਂ ਉਹ ਦੋਹਰਾ ਵੀ ਨਹੀਂ ਹੁਣ ਪੜ੍ਹਦੇ ਅਰਦਾਸ ਦੇ ਨਾਲ, ਆਗਿਆ ਪਈ ਹੈ ਕਾਲ ਕੀ ਤਵੀ ਚਲਾਇਓ ਪੰਥ ਸਭ ਸਿਕਨ ਕੋ, ਜਿਹੜਾ ਦੋਹਰਾ ਦਸਵੇਂ ਪਾਤਸ਼ਾਹ ਦਾ ਉਹ ਪਹਿਲਾਂ ਅੰਗਰੇਜ਼ਾਂ ਨੇ ਖਤਮ ਕੀਤਾ ਸੀ ਜਦੋਂ ਪੰਜਾਬ 'ਤੇ ਕਬਜ਼ਾ ਕੀਤਾ। ਹੁਣ ਇਹ ਸਰਕਾਰ ਨੇ ਜਿਹੜਾ ਆਪਣੇ ਆਪ ਨੂੰ ਪੰਥਕ ਕਹਿੰਦਾ ਇਹ ਖਤਮ ਕੀਤਾ ਔਰ ਉਹਦੇ 'ਚ ਕਿਉਂਕਿ ਉਹਦਾ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਔਰ ਸਾਰੀ ਦੁਨੀਆ ਦੇ ਗੁਰਦੁਆਰਿਆਂ 'ਚ ਦੌਰਾ ਪੜਿਆ ਜਾਂਦਾ, ਹਰ ਜਗ੍ਹਾ ਇੱਕ ਦਰਬਾਰ ਸਾਹਿਬ ਜਿਹੜਾ ਸਾਡਾ ਮੱਕਾ ਆ, ਜਿਹੜਾ ਮੱਕੇ ਨੂੰ ਵੀ ਸਾਡੇ ਲਈ ਤਾਂ ਉਹੀ ਸਭ ਕੁਛ ਆ, ਔਰ ਉੱਥੇ ਇਹ ਨਹੀਂ ਪੜਿਆ ਜਾਂਦਾ। ਇਸ ਕਰਕੇ ਖਾਲਸਾ ਜੀ ਗੁਰਦੁਆਰਿਆਂ 'ਚ ਗੁਰਦੁਆਰਾ ਲਹਿਰ ਮੁੜ ਕੇ ਚੱਲਣੀ ਚਲਾਉਣੀ ਪੈ ਗਈ
ਔਰ ਸਾਨੂੰ ਜਿਹੜੀ ਗੁਰਦੁਆਰਿਆਂ 'ਚ ਭ੍ਰਿਸ਼ਟਾਚਾਰ ਹੋ ਰਿਹਾ ਉਹਨੂੰ ਖਤਮ ਕਰਾਉਣਾ ਪਏਗਾ। ਇਸ ਵੇਲੇ 1 ਲੱਖ ਤੋਂ ਜ਼ਿਆਦਾ ਬੰਦੇ ਕਈਆਂ ਗੁਰਦੁਆਰਿਆਂ 'ਚ ਰੋਜ਼ ਮੱਥਾ ਟੇਕਦੇ ਆ। ਦਰਬਾਰ ਸਾਹਿਬ ਜਦੋਂ ਵੀ ਤੁਸੀਂ ਟੀ ਵੀ ਲਾਓ, ਲਾਈਨ ਲੱਗੀਆਂ ਹੁੰਦੀਆਂ, ਰਾਤ ਨੂੰ ਲਾਓ, ਦਿਨੇ ਲਾਓ, ਸੁਬਹਾ ਲਾਓ। ਔਰ ਉਹ ਮੈਨੂੰ ਇੱਕ ਐਚ ਈ ਪੀ ਸੀ ਦੇ ਮੈਂਬਰ ਨੇ ਦੱਸਿਆ ਕਿ 1 ਲੱਖ ਤੋਂ ਜ਼ਿਆਦਾ ਬੰਦਾ ਰੋਜ਼ ਮੱਥਾ ਟੇਕਦਾ ਦਰਬਾਰ ਸਾਹਿਬ। ਔਰ ਇਸ ਤਰ੍ਹਾਂ ਦੇ 780 ਗੁਰਦੁਆਰੇ ਆ ਹਿਸਟੋਰਿਕ ਪੰਜਾਬ ਹਰਿਆਣੇ 'ਚ। ਔਰ ਜੇ ਸਾਰਿਆਂ ਨਾਢਾ ਸਾਹਿਬ ਵੀ ਇਸੇ ਤਰ੍ਹਾਂ ਲਾਈਨਾਂ ਲੱਗੀਆਂ ਰਹਿੰਦੀਆਂ, ਜਿਹੜਾ ਚੰਡੀਗੜ੍ਹ ਦੇ ਕੋਲ ਆ ਗੁਰਦੁਆਰਾ। ਔਰ ਜੇ ਅਸੀਂ ਗੁਰਦੁਆਰਿਆਂ ਦਾ ਹੀ ਭ੍ਰਿਸ਼ਟਾਚਾਰ ਬੰਦ ਕਰ ਦਈਏ ਤਾਂ ਸਾਨੂੰ ਸਾਰਿਆਂ ਨੂੰ ਫਰੀ ਐਜੂਕੇਸ਼ਨ ਔਰ ਫਰੀ ਹੈਲਥ ਕੇਅਰ ਮਿਲ ਸਕਦੀ ਹੈ। ਮਗਰ ਬਹੁਤ ਜ਼ਿਆਦਾ ਭ੍ਰਿਸ਼ਟਾਚਾਰ ਹੋ ਰਿਹਾ, ਸਾਡੇ ਜਥੇਦਾਰ ਵੀ ਕੁਛ ਨਹੀਂ ਕਰਦੇ। ਔਰ ਇਹ ਜਦੋਂ ਬਹੁਤ ਜ਼ਿਆਦਾ ਭੀੜ ਸੀ, ਜਦੋਂ ਸਿੱਖਾਂ 'ਤੇ ਜ਼ੁਲਮ ਹੋ ਰਿਹਾ ਸੀ, ਕੋਈ ਜਥੇਦਾਰ ਨਹੀਂ ਉਸ ਵੇਲੇ ਬੋਲਿਆ ਵੀ ਨਹੀਂ ਹੋਣਾ ਚਾਹੀਦਾ। ਬੜਾ ਅਫਸੋਸ ਦੀ ਗੱਲ ਕਿ ਜਿਹੜੇ, ਮਗਰ ਅਸੀਂ ਬਿਲਕੁਲ ਚੁੱਪ ਰਹੇ। ਹੁਣ ਇਹ ਭਾਈ ਰਣਜੀਤ ਸਿੰਘ 14 ਸਾਲ ਜੇਲ੍ਹ 'ਚ ਰਿਹਾ ਔਰ ਉਹ ਬਦਲਾ ਲਿਆ ਨਿਰੰਕਾਰੀਆਂ ਦਾ, ਜਿਹਨਾਂ ਨੂੰ ਉੱਥੇ 13 ਸਿੰਘ ਕਤਲ ਕਰੇ, 13 ਸੀ ਜਾਂ ਕਿੰਨੇ? ਹਾਂ। ਔਰ ਉਸ ਵੇਲੇ ਵੀ ਇਹ ਬਾਦਲ ਸਾਹਿਬ ਚੀਫ ਮਿਨਿਸਟਰ ਸੀ ਔਰ ਇਹਨਾਂ ਨੇ ਉਸ ਵੇਲੇ ਕੋਈ ਐਕਸ਼ਨ ਨਹੀਂ ਲਿਆ। ਔਰ ਉਹ ਜਿਹੜਾ ਨਿਰੰਕਾਰੀ ਸੀ, ਜਿਹੜੇ ਜ਼ਿੰਮੇਵਾਰ ਸੀ, ਉਹਨਾਂ ਨੂੰ ਬਿਲਕੁਲ ਉੱਥੇ ਆਪਣੀ ਪ੍ਰੋਟੈਕਸ਼ਨ 'ਚ ਦਿੱਲੀ ਪਹੁੰਚਾ ਦਿੱਤਾ। ਔਰ ਇਹ ਭਾਈ ਰਣਜੀਤ ਸਿੰਘ ਹੁਣੀ ਉਹ ਸਾਰਾ ਬਦਲਾ ਲਿਆ ਔਰ ਇਹਨਾਂ ਨੂੰ ਜੇਲ੍ਹ ਵੀ ਕੱਟਣੀ ਪਈ 14-15 ਸਾਲ। ਔਰ ਉਹ ਵੀ ਸੁਪਰੀਮ ਕੋਰਟ ਦੇ ਜੱਜ ਸਰਦਾਰ ਕੁਲਦੀਪ ਸਿੰਘ ਸੀ, ਉਹਨਾਂ ਕਰਕੇ ਇਹ ਆ ਗਏ। ਨਹੀਂ ਤਾਂ ਸ਼ਾਇਦ ਹਾਲੇ ਤੱਕ ਖਾਲਸਾ ਜੀ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਆ, ਉਹ ਵੀ ਹਾਲੇ ਜੇਲ੍ਹਾਂ 'ਚ ਬੈਠੇ ਆ, ਜਿਹੜੇ 20-20 ਸਾਲ ਜੇਲ੍ਹਾਂ ਕੱਟ ਲਈਆਂ। ਔਰ ਇਹ ਸਾਡੇ ਚੀਫ ਮਿਨਿਸਟਰ ਨੇ ਕੋਈ ਬੰਦਾ ਨਹੀਂ ਛੱਡਿਆ ਕਿਸੇ ਨੂੰ ਕੋਈ। ਇੱਕ ਦਫ਼ਾ 1957 'ਚ ਕਮਿਊਨਿਸਟਾਂ ਦੀ ਸਰਕਾਰ ਬਣੀ ਸੀ ਕੇਰਲ 'ਚ, ਉਹਨਾਂ ਨੇ ਇਹ ਨਹਿਰੂ ਜਿਹੜਾ ਸੀ ਇਹ ਕਮਿਊਨਿਸਟਾਂ ਦੇ ਵੀ ਖਿਲਾਫ਼ ਸੀ, ਗਦਰੀ ਬਾਬਿਆਂ ਦੇ ਵੀ ਖਿਲਾਫ਼ ਸੀ, ਸੁਭਾਸ਼ ਚੰਦਰ ਬੋਸ ਦੇ ਵੀ ਖਿਲਾਫ਼ ਸੀ। ਔਰ ਸਾਰੀਆਂ ਇਹ ਨੌਨ ਕਾਂਗਰਸ ਗਵਰਨਮੈਂਟਾਂ ਡਿਸਮਿਸ ਕਰੀ ਜਾਂਦਾ ਸੀ ਗਦਰੀ ਬਾਬੇ। ਔਰ ਜਦੋਂ ਫਿਰ ਉੱਥੇ ਇਲੈਕਸ਼ਨ ਹੋਈ ਕੇਰਲ 'ਚ, ਉਹ ਜਿਹੜੇ ਬੈਨ ਕੀਤੀ ਉਸੀ ਪਾਰਟੀ, ਉਹਨਾਂ ਨੇ ਇਲੈਕਸ਼ਨ ਲੜੀ ਔਰ ਨਹਿਰੂ ਦੀ ਕੋਈ ਸੀਟ ਨਹੀਂ ਆਈ, ਸਾਰੀਆਂ ਸੀਟਾਂ ਹਾਰ ਗਏ ਔਰ ਸਾਰੀਆਂ ਉਹ ਕਮਿਊਨਿਸਟ ਜਿੱਤ ਗਏ। ਚੀਫ ਮਿਨਿਸਟਰ EMS ਮੂਦਰੀ ਪਾਲ ਬਣ ਗਿਆ। 1957 ਦੀ ਅਖਬਾਰਾਂ 'ਚ ਪੜ੍ਹਿਆ ਔਰ ਉਹ ਪਹਿਲੀ ਗੱਲ ਜਿਹੜੀ ਉਹ ਚੀਫ ਮਿਨਿਸਟਰ ਨੇ ਕੀਤੀ ਕਿ ਸਾਰੇ ਜਿੰਨੇ ਕੈਦੀ ਸੀ ਜੇਲ੍ਹਾਂ 'ਚੋਂ ਛੱਡੇ, ਜਿਨ੍ਹਾਂ ਨੂੰ ਫਾਂਸੀ ਹੋਈ ਹੋਈ ਸੀ ਉਹਨਾਂ ਦੀ ਫਾਂਸੀ ਮਾਫ਼ ਕੀਤੀ ਔਰ ਆਪ ਉੱਥੇ ਕੰਡੈਮ ਸੈੱਲਾਂ 'ਚ ਉਹਨਾਂ ਨੂੰ ਕੱਢ ਕੇ ਲਿਆ। ਸਾਡੇ ਸਾਰੇ ਬੰਦੀ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਆ, ਉੱਦਾਂ ਹੀ ਕੋਈ। ਇਸ ਕਰਕੇ ਮੇਰੀ ਜਥੇਦਾਰ ਸਾਹਿਬ ਦੇ ਅੱਗੇ ਅਪੀਲ ਆ ਕਿ ਸਾਰੇ ਜਿਹੜਾਂ ਦੀ ਸਜ਼ਾ ਪੂਰੀ ਹੋ ਚੁੱਕੀ ਆ ਉਹਨਾਂ ਨੂੰ ਛੱਡਿਆ ਜਾਵੇ ਔਰ ਭ੍ਰਿਸ਼ਟਾਚਾਰ ਬੰਦ ਹੋਵੇ ਔਰ ਗੁਰਦੁਆਰਿਆਂ 'ਚ ਜਿਹੜਾ ਪੁਜਾਰੀਪਨ ਆ ਗਿਆ ਉਹਨਾਂ ਨੂੰ ਬੰਦ ਕਰਾਇਆ ਜਾਵੇ। ਕੋਈ ਪੁਜਾਰੀ ਬਹਾਲ ਨਹੀਂ ਹੋਣਾ ਚਾਹੀਦਾ ਕਈ। ਇਸ ਕਰਕੇ ਹੁਣ ਸਮਾਂ ਬਹੁਤ ਜ਼ਿਆਦਾ ਮੇਰੇ ਪਾਸ, ਤੁਸੀਂ ਵੀ ਬੜੇ ਸਵੇਰ ਦੇ ਬੈਠੇ ਹਾਂ 11 ਵਜੇ ਦੇ, ਇਸ ਕਰਕੇ ਥੋਤੋਂ ਖਿਮਾ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।